ਮੁੰਡਾ ਕੀ ਹਾਲ ਨੇ ਬਾਈ? ਇੱਥੇ ਪੈਲ ਗਏ ਸੀ ਹੈ ਨਾ, ਅਤੇ ਪੈਲ ਕੰਮ ਸੀ ਜ਼ਰੂਰੀ, ਆਪਣਾ ਲਾਇਸੈਂਸ ਹੈ ਨਾ ਹੈਵੀ ਬਣਾਉਣਾ ਦਿੱਤਾ ਵੀ ਉਹਦੇ ਕਰਕੇ ਕੰਮ ਸੀ ਹੈ ਨਾ, ਅਤੇ ਯਾਰ ਆਹ ਦੇਖੋ ਠੀਕਾਂ ਦਾ, ਅਤੇ ਬਾਬੇ ਉਹ ਇੱਧਰ ਦੇਖ ਲਓ ਆਹ ਜਿਹੜਾ ਪਾਣੀ ਆਉਂਦਾ ਨਾ ਥੱਲੇ ਤੋਂ, ਅਤੇ ਉਹ ਥੱਲੇ ਥੱਲੇ ਦੀ, ਅਤੇ ਬਾਈ ਇਹ ਸਾਰਾ ਲੱਗ ਜਾਂਦਾ ਇੱਧਰ ਰਾਤ ਨੂੰ ਤਾਂ ਆਉਣ ਦਾ ਖਤਰਾ, ਰਾਤ ਨੂੰ ਤਾਂ ਮਤਲਬ ਇੱਧਰ ਹੁਣ ਦਿਨ ਤਾਂ ਮੋਟਰ ਮੋਟਰਸਾਈਕਲ ਚੱਲੀ ਜਾਂਦੇ, ਵੈਸੇ ਦਿਨੇ ਵੀ ਰਿਸਕ ਆ, ਮੈਨੂੰ ਤਾਂ ਹੁਣ ਤੱਕ ਤਾਂ ਕੋਈ ਮੋਟਰਸਾਈਕਲ ਮਿਲਿਆ ਨਹੀਂ, ਅਤੇ ਦੋਵੇਂ ਏਰੀਆ ਸੁਣਦਾ ਹੈ ਨਾ, ਅਤੇ ਬਾਕੀ ਦੇ ਵਿੱਚ ਆਉਣ ਦਾ ਡਰ ਤਾਂ ਰਹਿੰਦਾ, ਮੋਟਰਸਾਈਕਲ ਆਪਾਂ ਹੌਲੀ ਹੌਲੀ ਦੇਖ ਲਾਉਂਦੇ ਹਾਂ ਗੱਡੀ ਆਪਣਾ ਕਰਕੇ, ਤਾਂ ਦੇਖੀ ਜਾਓ ਜਿਹੜਾ ਕੁਛ ਹੋਊਗਾ ਇੱਥੇ ਐਂ ਨਹੀਂ ਪਤਾ ਕਿੱਥੇ ਸੂਆ ਦਿਖਾ ਦੀਏ, ਆਹ ਛੋਟੇ ਜਿਹੇ ਹੁੰਦੇ ਸੀ ਆਹ ਸੂਆ ਦਿਖਾਓ ਨੱਤਿਆ ਬਈ, ਆਹ ਤਾਂ ਹੁਣ ਦੂਗਲ ਲੋਡ ਕਰਤਾ ਨਾ ਪੱਕਾ, ਇੰਨਾ ਜਾਣੀ ਇਹਦੇ ਉੱਤੇ ਜਾਣੀ ਖੇਡੇ ਬਹੁਤ ਆ, ਨਹਾਤੇ ਹੀ ਬਹੁਤ ਆ, ਕਈ ਵਾਰੀ ਤਾਂ ਉਹ ਮੇਰਾ ਚਾਚਾ ਅਤੇ ਮੇਰਾ ਲਾਣੇਦਾਰ ਸਾਨੂੰ ਕੁੱਟ ਕੇ ਲੈ ਕੇ ਗਏ, ਮੈਂ ਹੁੰਦਾ ਸੀ ਸ਼ੀਰੂ ਵੀਰ ਉਨੀ ਹੋਰ ਖਾਸੇ ਜਣੇ ਹੁੰਦੇ ਸੀ ਪਿੰਡ ਦੇ ਮੁੰਡੇ, ਹੁਣ ਤਾਂ ਖੈਰ ਉਹ ਬਾਹਰ ਬੂਹਰ ਵੱਗ ਕੇ ਰਹਿ ਗਿਆ ਤਾਂ ਮੈਂ ਇਕੱਲੇ, ਅਤੇ ਬਹੁਤ ਨਜ਼ਾਰੇ ਲੈਣੇ ਬਾਈ ਆ ਇੱਥੇ ਲੜ ਜਾਂਦੇ ਸੀ ਭੱਬਲ ਜੀ ਜੋ